ਸਵਾਗਤ ਹੈ ਤੁਹਾਡਾ ਤੇ ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਸੁੱਖਾ ਖੇੜੀ ਵਾਲਾ ਅੱਜ ਅਸੀਂ ਬਰਨਾਲਾ ਸ਼ਹਿਰ ਦੇ ਪਿੰਡ ਬਡਬਰ ਪਹੁੰਚਿਆ ਜੀ ਹਾਂ ਉਹ ਬਡਬਰਪੁਰ ਜਿੱਥੋਂ ਇੱਕ ਮਨਜੀਤ ਸਿੰਘ ਡਰਾਈਵਰ ਜੋ ਇਸ ਕਰੋਨਾ ਮਹਾਮਾਰੀ ਨੂੰ ਲੈ ਕੇ ਹਜ਼ੂਰ ਸਾਹਿਬ ਪੀਆਰਟੀਸੀ ਦਾ ਡਰਾਈਵਰ ਹਜ਼ੂਰ ਸਾਹਿਬ ਸੰਗਤ ਲੈਣ ਦੇ ਲਈ ਗਿਆ ਸੀ ਉਦੋਂ ਸੰਗਤ ਲੈਣ ਦੇ ਲਈ ਘਰੋਂ ਨਿਕਲਿਆ ਸੀ ਜਦੋਂ ਘਰਾਂ ਤੋਂ ਲੋਕ ਨਿਕਲਣ ਤੋਂ ਡਰਦੇ ਸੀ ਸਰਕਾਰ ਦਾ ਹੁਕਮ ਸੀ ਬਸਾਂ ਭੇਜੀਆਂ ਜਾਣ ਅਤੇ ਬਸਾਂ ਹਜ਼ੂਰ ਸਾਹਿਬ ਭੇਜੀਆਂ ਗਈਆਂ ਸੰਗਤ ਨੂੰ ਲੈਣ ਲਈ ਤਾਂ ਅਚਾਨਕ ਇਸ ਡਰਾਈਵਰ ਦਾ ਉੱਥੇ ਇੰਤਕਾਲ ਹੋ ਜਾਂਦਾ ਹੈ ਮਨਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਇਸ ਮਹਾਮਾਰੀ ਦੌਰਾਨ ਹੋਈ ਮੌਤ ਨੂੰ ਲੈ ਕੇ ਮੁਆਵਜ਼ੇ ਦੀ ਗੱਲ ਕਰ ਰਹੀਆਂ ਸਨ ਸਰਕਾਰ ਤੇ ਦਬਾਅ ਬਣਾਇਆ ਕਿ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ ਉਹਨਾਂ ਦਾ ਜਿਹੜਾ ਬੇਟੇ ਦੀ ਮੌਤ ਹੋਈ ਆ ਉਸ ਦਾ ਮੁਆਵਜ਼ਾ ਦੇਵੇ ਤਾਂ ਸਰਕਾਰ ਨੇ ਵੀ ਇੱਕ ਹੁਕਮ ਜਾਰੀ ਕੀਤੇ ਸਨ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਏਗੀ। ਘਰ ਦੀਆਂ ਤਸਵੀਰਾਂ ਦਿਖਾਵਾਂਗੇ। ਇਹ ਉਹ ਕਰਦੀ ਸ਼ੁਰੂਆਤ ਜਿਹੜੀ ਹੈਗੀ ਆ ਉਸੇ ਪੀਆਰਟੀ ਦੇ ਡਰਾਈਵਰ ਮਨਜੀਤ ਸਿੰਘ ਵੱਲੋਂ ਕੀਤੀ ਗਈ ਸੀ। ਹਾਲਾਂਕਿ ਪੈਸੇ ਉਧਾਰ ਚੁੱਕ ਕੇ ਇਸ ਪਰਿਵਾਰ ਦਾ ਜਿਹੜਾ ਦੁੱਖ ਦਰਦ ਦੂਰ ਕਰਨ ਦੇ ਲਈ ਇਸ ਕੰਮ ਨੂੰ ਬਣਾਉਣ ਦੇ ਲਈ ਜੋ ਲੋਕਾਂ ਤੋਂ ਪੈਸੇ ਮੰਗ ਕੇ ਸ਼ੁਰੂਆਤ ਕੀਤੀ ਗਈ ਸੀ ਉਹ ਕੰਮ ਹੁਣ ਅਧੂਰਾ ਕਰ ਅਦੂਰਾ ਪਿਆ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਪਤਾ ਕਰਦੇ ਆਂ ਪਰਿਵਾਰ ਤੋਂ ਕਿ ਇਸ ਪਰਿਵਾਰ ਦੀ ਮਦਦ ਸਰਕਾਰ ਨੇ ਕੀਤੀ ਹੈ ਨਹੀਂ ਕੀਤੀ ਵਿਭਾਗ ਪੀਆਰਟੀਸੀ ਨੇ ਕੀਤੀ ਉਹਨਾਂ ਦੀ ਮਦਦ ਕੀਤੀ ਆ ਜਾਂ ਨਹੀਂ ਮਾਤਾ ਜੀ ਸਰਕਾਰ ਨੇ ਕਿਹਾ ਸੀ ਕਿ ਮੌਜਾ ਦਿੱਤਾ ਜਾਏਗਾ ਕੀ ਮਦਦ ਹੋਈ ਆ ਸਾਨੂੰ ਜੀ ਪੁੱਤ ਕੋਈ ਮਦਦ ਨਹੀਂ ਹੋਈ ਬੱਚਾ ਘਰੋਂ ਹੱਸਦਾ ਖੇਡਦਾ ਗਿਆ ਏ ਇਸ ਕਰੋਨਾ ਦੇ ਵਿੱਚ ਅਸੀਂ ਡੱਕ ਰਹੇ ਸੀ ਬੱਚਾ ਦੇ ਵੀ ਸਰਕਾਰ ਨੇ ਹੁਕਮ ਕੀਤਾ ਵੀ ਮੈਂ ਜਾਣਾ ਜਾਣਾ ਸਾਨੂੰ ਕੋਈ ਨਿਆਣ ਚ ਐਸ ਤੱਕ ਪੁੱਛਿਆ ਨਾ ਬਸਾਂ ਵਾਲਿਆਂ ਪੁੱਛਿਆ ਨਾ ਸੰ ਗਵਰਨਮੈਂਟ ਨੇ ਕੋਈ ਅਣ ਕਿਸੇ ਤੱਕ ਕੀਤੀ ਪੁੱਛਿਆ ਵੀ ਤੁਹਾਡਾ ਭਾਈ ਕੀ ਕਾਰੋਬਾਰ ਚੱਲਦਾ ਕੌਣ ਕਰਦਾ ਤੁਹਾਡੇ ਘਰ ਚ ਕਰਦਾ ਸਾਡਾ ਉਹ ਹੀ ਬੱਚਾ ਕਮਾਉਣ ਵਾਲਾ ਸੀ ਉਸੇ ਨੂੰ ਬਸ ਪ੍ਰਮਾਤਮਾ ਨੂੰ ਪਿਆਰਾ ਲੱਗਾ ਹੈ ਹਲਕਿ ਸਿਕਾ ਸ਼ਾਦੀ ਵੀ ਨਹੀਂ ਕੀਤੀ ਸੀ ਨਾ ਉਹਦੀ ਸ਼ਾਦੀ ਹੋਈ ਸੀ ਅਜੇ ਅਸੀਂ ਬਹੁਤ ਨੂੰ ਡੱਕਿਆ ਸੀ ਪਰ ਉਹਨਾਂ ਦਾ ਗਵਰਨਮੈਂਟ ਦਾ ਹੁਕਮ ਵੀ ਮੈਂ ਜਾਣਾ ਵੀ ਜੋ ਸਰਕਾਰ ਨੇ ਹੁਕਮ ਕੀਤਾ ਵੀ ਸਾਨ ਵਜੇ ਤੱਕ ਕੁਝ ਨਹੀਂ ਸਰਕਾਰ ਨੇ ਸਹਾਇਤਾ ਕੀਤੀ ਇਸ ਤਰ੍ਹਾਂ ਸਹਾਇਤਾ ਕਰਨੀ ਚਾਹੀਦੀ ਹੈ ਜਦੋਂ ਹੋਰਨਾਂ ਨੂੰ ਕਰਦੇ ਆ ਵੀ ਸਾਨੂੰ ਵੀ ਕਰਨੀ ਚਾਹੀਦੀ ਗਰੀਬ ਪਰਿਵਾਰ ਨੂੰ ਘਰ ਸਾਡਾ ਅਧੂਰਾ ਪਿਆ ਹੈ ਅਸੀਂ 10000 ਚੁੱਕ ਕੇ ਅਸੀਂ ਮਾੜੀ ਮੋਟੀ ਛੱਤ ਖੜੀ ਕੀਤੀ ਹੈ ਤੇ ਉਸੇ ਤਰ੍ਹਾਂ ਹੀ ਪਿਆ ਹੈ ਅਧੂਰਾ ਹੀ ਛੱਡ ਗਿਆ ਇਸ ਵਿੱਚ ਮਸਜਿਦ ਦੇ ਕੀ ਇਰਮਾਨ ਸੀ ਜੀ ਹਾਂਜੀ ਮਸਜਿਦ ਕੀ ਸੀ ਮਰਜੀਦ ਪਰਿਵਾਰ ਦੇ ਲਈ ਕਿਉਂਕਿ ਹਲ ਵਿਆਹ ਵੀ ਨਹੀਂ ਕਰਵਾਇਆ ਸੀ ਹਾਂਜੀ ਹਾਂਜੀ ਇਹ ਵਿਆਹ ਵੀ ਨਹੀਂ ਉਹਨੇ ਕਰਾਇਆ ਆਂਦਾ ਸੀ ਵੀ ਮੈਂ ਜਗ੍ਹਾ ਪਾ ਕੇ ਫਿਰ ਵਿਆਹ ਕਰਵਾਉਣਾ ਹੈ ਉਹ ਜਗ੍ਹਾ ਵੀ ਧੂਰੀ ਵਿੱਚ ਛੱਡ ਗਏ ਉਹਦੇ ਕੋਈ ਜਗ੍ਹਾ ਨਹੀਂ ਪਾਈ ਪਤਨੀ ਵੇਖਿਆ ਮੇਰਾ ਬੱਚਾ ਪਰੇ ਤੋਂ ਬੰਜਾ ਗਿਆ ਉਹਨੂੰ ਕੁਝ ਨਹੀਂ ਮਿਲਿਆ ਜਿੱਤ ਸੇ ਤਾਂ ਉਹ ਕੋਈ ਨਹੀਂ ਗਈ ਅਸੀਂ ਬਹੁਤ ਉਹਨੂੰ ਢੱਕਿਆ ਪਰ ਉਹ ਨਹੀਂ ਢੱਕਿਆ ਰਿਹਾ ਉਹ ਆਂਦਾ ਫਿਰ ਸਰਕਾਰ ਦਾ ਹੁਕਮ ਵੀ ਮੈਂ ਜਾਣਾ ਜਾਣਾ ਹੈ ਪਰ ਉਹਨਾਂ وجہ ਤੋਂ ਕੁਝ ਨਹੀਂ ਸੇ ਦਾ ਕੀਤੇ ਪੇ ਕਰਨੀ ਚਾਹੀਦੀ ਜਦੋਂ ਗਵਰਨਮੈਂਟ ਨੇ ਲਾਣ ਕੀਤਾ ਹੈ ਪੀ ਇਹ ਦੇਣਾ ਚਾਹੀਦਾ ਜਿਹੜਾ ਵੀ ਕੋਈ ਮਾਜਵਾ ਉਹਨਾਂ ਨੇ ਲਾਣ ਕੀਤਾ ਹੈ ਕਰਦੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਕਰਦੇ ਵੇਖੋ ਬਹੁਤ ਮਾੜੇ ਨੇ ਹਾਲਾਤ ਕਿਹੜੇ ਘਰ ਦੇ ਚੰਗੇ ਨੇ ਜਿਹਦੇ ਜੀਆਂ ਦੇ ਨਾਲ ਹੀ ਘਰ ਹੁੰਦਾ ਹੈ ਉਹੀ ਸਾਡਾ ਬੱਚਾ ਕੰਮ ਕਰਨ ਵਾਲਾ ਸੀ ਉਹ ਚਲਾ ਗਿਆ ਹੈ ਹਾਲਾਤ ਤਾਂ ਵੇਖ ਲਓ ਫਿਰ ਜੀਆਂ ਦੇ ਨਾਲ ਹੀ ਹਾਲਾਤ ਚੰਗੇ ਹੁੰਦੇ ਜੀਆਂ ਬਿਨਾਂ ਹੀ ਮਾੜੇ ਹੁੰਦੇ ਇੱਕੋ ਕਮਰੇ ਚ ਰਹਿ ਜਾਂਦਾ ਇੱਕੋ ਇੱਕ ਕਮਰੇ ਚ ਰਹਿ ਨੇ ਡੰਗਰਾਂ ਵਾਲੇ ਦੇ ਵਿੱਚ ਪੂਰਾ ਸਾਡਾ ਕੋਈ ਹਾਲ ਨਹੀਂ ਜਾ ਜਿਹੜਾ ਵੀ ਸਾਨੂੰ ਵੀ ਹੁਕਮ ਕੀਤਾ ਸਰਕਾਰ ਨੇ ਸਾਨੂੰ ਕੁਝ ਨਾ ਕੁਝ ਸਹਾਇਤਾ ਕਰਨ ਜੋ ਸਭ ਨੂੰ ਕਰਦੇ ਨੇ ਜਦੋਂ ਉਹਨਾਂ ਨੇ ਆਰਡਰ ਕੀਤਾ ਵੀ ਉਹ ਦੇਣਾ ਚਾਹੀਦਾ ਹੈ ਬਿਲਕੁਲ ਜੀ ਮਾਤਾ ਜੀ ਤੇ ਮਨਜੀਤ ਸਿੰਘ ਜੀ ਤੇ ਕੁਝ ਹੋਰ ਇੱਥੇ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਕੀ ਕਹੋਗੇ ਇੱਕ ਮਨਜੀਤ ਸਿੰਘ ਨੇ ਵਿਆਹ ਵੀ ਨਹੀਂ ਕਰਾਇਆ ਸੀ ਜਿਹੜਾ ਹੈਗਾ ਤੇ ਹੁਣ ਕੀ ਕਹੋਗੇ ਉਹਨਾਂ ਨੇ ਕਿਹਾ ਸੀ ਕਾਕਾ ਕਹਿੰਦਾ ਸੀ ਮੈਂ ਬਹੁਤ ਸੋਹਣੀ ਜਗ੍ਹਾ ਬਣਾ ਕੇ ਆਪਣੀ ਬੜੀਆਂ ਸਿਰਫ ਮੂੰਹ ਦੇ ਦੇ ਵਿੱਚ ਬਹੁਤ ਹਾਸਾ ਸੀ ਉਹ ਬਹੁਤ ਸੋਹਣਾ ਕੰਮ ਕਰਦਾ ਸੀ ਕਈ ਸਾਲ ਤੋਂ ਉਹਨਾਂ ਦੇ ਨੌਕਰੀ ਕਰਦਾ ਸੀ ਉਹ ਕਹਿੰਦਾ ਸੀ ਮੈਂ ਘਰ ਬਣਾ ਕੇ ਸੋਹਣਾ ਬੜਾ ਸਵਾਰ ਕੇ ਫਿਰ ਮੈਂ ਵਿਆਹ ਕਰਾਵਾਂਗੇ ਪਰਮਾਤਮਾ ਜਿਵੇਂ ਵੀ ਚੰਗਾ ਲੱਗਿਆ ਉਹਨੂੰ ਕਰੋਨਾ ਦੇ ਵਿੱਚ ਆ ਕੇ ਲੈ ਗਏ ਉਹ ਕਹਿੰਦਾ ਮੈਂ ਜ਼ਰੂਰ ਜਾਵਾਂਗਾ ਤੇ ਮਵਤਾ ਨੇ ਕਿਹਾ ਵੀ ਨਾ ਜਾ ਬੱਚੇ ਵੀ ਕੋਈ ਬਹੁਤ ਜ਼ਿਆਦੀ ਬਿਮਾਰੀ ਕਹਿੰਦਾ ਨਹੀਂ ਮੈਂ ਇਹਨੂੰ ਹਟਾ ਲਣ ਕੇ ਕੰਮ ਤੋਂ ਉਸ ਤੋਂ ਬਾਅਦ ਚਲ ਭਾਈ ਉਹਨੂੰ ਜਿਵੇਂ ਮਨਜ਼ੂਰ ਸੀ ਰਾਹ ਦੇ ਵਿੱਚ ਉਹਨੂੰ ਉੱਚਲਾ ਹੋ ਗਿਆ ਜਾਂ ਕੁਝ ਉਹ ਪੂਰਾ ਹੋ ਗਿਆ ਬੇਚਾਰ ਤੇ ਕਿਸੇ ਬਸ ਵਾਲੇ ਨੇ ਕਿਸੇ ਗਵਰਨਮੈਂਟ ਇਹਨਾਂ ਦੀ ਕੋਈ ਸਾਰ ਨਹੀਂ ਲਈ ਆ ਕੇ ਉਹਨਾਂ ਦਾ ਫਰਜ ਬੰਦਾ ਹੈ ਨਾ ਗਰੀਬ ਪਰਿਵਾਰ ਨੂੰ ਆ ਕੇ ਪੁੱਛਣ ਦੱਸਣ ਤੇ ਜੋ ਵੀ ਉਹਦਾ ਹੱਕ ਬਣਦਾ ਹੈ ਉਹਨਾਂ ਨੂੰ ਦੇਣ ਜੀ ਬਿਲਕੁਲ ਜੀ ਇਹੋ ਪਰਿਵਾਰਾਂ ਤੇ ਉਹ ਇੱਕ ਕਮਰਾ ਜੋ ਪਸ਼ੂਆਂ ਵਾਲਾ ਵਾੜਾ ਹੁੰਦਾ ਸੀ ਉਸ ਕਮਰੇ ਦੇ ਵਿੱਚ ਇਹ ਪਰਿਵਾਰ ਰਹਿਣ ਲਈ ਮਜਬੂਰ ਆ ਹਾਲਾ ਕਿ ਆਕਾਸ ਲਗਾਈ ਜਾਂਦੀ ਸੀ ਕਿ ਜਲਦੀ ਘਰ ਜਿਹੜੇ ਹੈਗੇ ਆ ਬਣ ਜਾਏਗਾ ਛੱਤ ਬਣ ਜਾਏਗੀ ਤੇ ਜਿਹੜਾ ਹੈਗਾ ਅ ਕਰ ਇੱਕ ਵਧੀਆ ਸੁੰਦਰ ਮਕਾਨ ਦੇ ਵਿੱਚ ਤਬਦੀਲ ਕੀਤਾ ਜਾਏਗਾ ਪਰ ਅਜੇ ਹਾਂ ਨਾ ਹੋ ਸਕਿਆ ਸਾਡੇ ਨਾਲ ਪਿਤਾ ਨੇ ਕੀ ਕਹੋਂਗੇ ਜੀ ਇਸ ਨੂੰ ਕਹਣਾ ਕਿ ਇਹ ਸਰਕਾਰ ਵੱਲੋਂ ਭੇਜਿਆ ਗਿਆ ਜਦੋਂ ਹੁਕਮ ਆਇਆ ਵੀ ਉਹ ਮਾਇਆ ਬਸੇਲਾ ਸੀ ਆਖਿਆ ਵੀ ਪੁੱਤ ਤੂੰ ਨਾ ਆ ਜਾ ਬੋਲ ਨਹੀਂ ਪਤਾ ਕਿ ਮਸਾਲੇ ਜਣਾ ਨਾ ਸਾਡਾ ਨੂੰ ਇਹ ਬਸ ਵਾਲਿਆਂ ਨੇ ਕੁਝ ਅੱਧ ਤੱਕ ਕੁਛ ਨਹੀਂ ਕੀਤਾ ਕੁਝ ਇੱਥੇ ਵਾਜ ਜਦੋਂ ਸਰਕਾਰ ਤੇ ਆਇਆ ਨਾ ਬਾਪੂ ਜੀ ਬੇਪਿਕੜਾ ਰਹੇ ਬਾਪੂ ਜੀ ਬੇਪਿਕੜਾ ਰਹੇ ਉਹਨਾਂ ਆਣ ਕੇ ਬਾਅਦ ਵੀ ਨਹੀਂ ਪੁੱਛੇ ਵੀ ਕਿੱਥੇ ਬੈਠੇ ਜੇ ਕਿੱਥੇ ਨਹੀਂ ਬੈਠੇ ਹਾਂਜੀ ਕਮੌਣ ਨਾਲ ਮੋਢੀ ਹੋ ਗਈ ਬਸ ਉਹੀ ਸਾਡਾ ਸਿਰ ਦੇ ਮੋਢੀ ਸੀ ਚਾਵਨ ਨਾਲ ਕਹਿੰਦੇ ਕਰਦੀ ਹਾਂ ਹਾਂਜੀ ਮੈਨੂੰ ਕੋਈ ਆਉਣਾ ਹੈ ਕੀ ਸੁਪਨੇ ਸੀ ਜਿਹੜੇ ਅਧੂਰੇ ਰਹਿ ਗਏ ਸੌਣ ਦੇ ਬਹੁਤ ਸੀ ਹਾਂ ਇਹ ਬਚਲਦੇ ਬੰਦੇ ਲੋਕਾਂ ਨੂੰ ਕਿ ਮਾ ਆਉਂਗਾ ਸ਼ਰਤ ਵੀ ਨਹੀਂ ਕਰਾਈ ਸੀ ਨਾ ਹਾਂਜੀ ਕੁਝ ਨਹੀਂ ਕਰਾਇਆ ਮੈਂ ਜਗਾਂ ਪਾ ਆ ਗਏ ਫੇਰ ਕਰਾਂਗਾ। ਵਾਹ ਸਰਕਾਰ ਕਿਉਂ ਫਿਰ ਕੀ ਸਰਕਾਰ ਨਹੀਂ ਹੁਣ ਮਰਜ਼ੀ ਆ ਜੀ ਮੈਨੂੰ ਨਾ ਮਰਜ਼ੀ ਮੈਂ ਲੋਕਾਂ ਨੂੰ ਕਹਿੰਦਾ ਸਾਡੇ ਵੀ ਨਾਲ ਦੇਖਣ ਤਾਂ ਸਹੀ ਵੀ ਗਰੀਬ ਕਿੱਥੇ ਬੈਠੇ ਐਲਾਨ ਕੀਤਾ ਗਿਆ? ਹਾਂ ਐਲਾਨ ਕੀਤਾ ਜੀ। ਹਾਂ ਜੀ। ਕਿ ਸਾਰ ਕੋਈ ਬੋੜਿਆ ਕੋਈ ਨਹੀਂ ਜੀ ਬੋੜਿਆ ਚੱਕਰ ਕੀ ਕੋਈ ਵੀ ਕਿਸੇ ਨਾਲ ਕਹੀ ਨਹੀਂ ਪੁੱਛਿਆ ਭਾਈ ਤੁਸੀਂ ਕਿਵੇਂ ਹੋ ਕਿਵੇਂ ਕੱਢਦੇ ਹੋ ਕੀ ਟਾਈਮ ਤੁਹਾਡੇ ਨਾਲ ਬੀਤਦੀ ਹੈ। ਆਹ ਨਾਲ ਸੁਧਾਰ ਖ ਫੜ ਕੇ ਅਸੀਂ ਆ ਮਾੜਾ ਜਿਹਾ ਖੜਾ ਕਰਿਆ ਪੈਸੇ ਵੀ ਦੇਨੇ ਹੁਣੇ ਆਜੇ ਦੇਨੇ ਨੇ ਜੀ ਕਿਵੇਂ ਚੱਲੂਗਾ ਜੇ ਸਰਕਾਰ ਨੂੰ ਜੇ ਸਰਕਾਰ ਦਬੇਗੀ ਜੀ ਫੇਰ ਤਾਇਆ ਨਹੀਂ ਫੇਰ ਉਹ ਖੱਬਾ ਸੱਚਾ ਦਬਾ ਕਰਕੇ ਉਹਨਾਂ ਦਾ ਛੋਟੇ ਛੋਟੇ ਕੱਟ ਕੇ ਮੋੜ ਨਹੀਂ ਪੈਣਗੇ ਜੀ ਬੱਚਾ ਵੀ ਗਿਆ ਤੇ ਬੱਚਾ ਵੀ ਗਿਆ ਤੇ ਕੁਝ ਵੀ ਨਹੀਂ ਮਿਲਿਆ ਕੈਪਟਨ ਸਰਕਾਰ ਕੈਪਟਨ ਨੂੰ ਕੀ ਕਹਾਂਗੇ ਜੀ ਕੈਪਟਨ ਨੂੰ ਜੇ ਇਹੀ ਉਹਨੇ ਜਦੋਂ ਇੱਕ ਬ੍ਰਾਂਡ ਦਿੱਤਾ ਹੀ ਜਿਹਦਾ ਹੱਕ ਨਹੀਂ ਮੰਨ ਲਾ ਜੀ ਜਦੋਂ ਇਨਸਾਨ ਨੂੰ ਰੇਕ ਨੂੰ ਦੇ ਰਿਆ ਨੌਕਰੀਆਂ ਦੇ ਰਿਆ ਪੈਸੇ ਦੇ ਰਿਆ ਵੀ ਉਹਨਾਂ ਨੇ ਸਾਡੇ ਘਰ ਵਾੜੇ ਤਾਂ ਉਹਨੂੰ ਨਹੀਂ ਪਤਾ ਕਹੇ ਕਿ ਕੋਈ ਨਹੀਂ ਬੌੜਾ ਉਹਨਾਂ ਦਾ ਨਾ ਕੋਈ ਅੱਗੋ ਬਿੰਬਰ ਨਾ ਕੋਈ ਪ੍ਰਧਾਨ ਉਹਨਾਂ ਦਾ ਕੋਈ ਨਹੀਂ ਜ਼ਿਕਰਿਆ ਦੁੱਖ ਤਾਂ ਹੁੰਦਾ ਹੈ ਜੇ ਦੁੱਖ ਹੁੰਦਾ ਦੀ ਤਾਂ ਹੀ ਕੋਈ ਆਉਂਦਾ ਉਹ ਦੁੱਖ ਤਾਂ ਸਾਨੂੰ ਹੈ ਤੇ ਕੀ ਕਹੋਗੇ ਕਿਹੋ ਜਿਹੇ ਹਾਲਤ ਨੇ ਪਰਵਾਹ ਦੀ ਹਾਲਤ ਦਾ ਤੁਹਾਡੇ ਸਾਹਮਣੇ ਜੀ ਮੰਨ ਲਓ ਵੀ ਬਹੁਤ ਮਾੜੇ ਹਾਲਤ ਨੇ ਜੀ ਕਿਉਂਕਿ ਕਮਾਉਣ ਵਾਲਾ ਇਕੱਲਾ ਮਨਜੀਤ ਸਿੰਘ ਪੁਲੀ ਸੀਗਾ ਜੀ ਤੇ ਬਾਕੀ ਉਹਦੇ ਜਾਣ ਕਰਕੇ ਹੁਣ ਤੁਸੀਂ ਆਪ ਹੀ ਇੱਥੇ ਖੁਦ ਆ ਕੇ ਦੇਖ ਚੁੱਕੇ ਹੋ ਜੀ ਬਾਕੀ ਅਸੀਂ ਭਗਵੰਤ ਮਾਜ ਦਾ ਧੰਨਵਾਦ ਕਰਦੇ ਆਂ ਵੀ ਚਲੋ ਉਹਨਾਂ ਨੇ ਮੁੱਦਾ ਠਾਇਆ ਤੇ ਪਰ ਆਇਆ ਵੀ ਮੁੱਦਾ ਠਾਣਾ ਕੋਈ ਉਹ ਨਹੀਂ ਹੋ ਜਾਂਦਾ ਜੀ ਕਮ ਸੇ ਕਮ ਚਲੋ ਉਹਨਾਂ ਨੇ ਮੁੱਦਾ ਠਾਇਆ ਉਹਦੇ ਵਾਸਤੇ ਇਹ ਮੰਨ ਲਓ ਸਾਰੇ ਪਿੰਡ ਵਾਲਿਓ ਅਸੀਂ ਧੰਨਵਾਦ ਕਰਦੇ ਆਂ ਪਰ ਮੰਨ ਲਓ ਉਹ ਇੱਕ ਇਥੇ ਸੰਗਰੂਰ ਜਿੱਦੇ ਐਮਪੀ ਨੇ ਜੀ ਉਹਨਾਂ ਦੇ ਮੰਨ ਲਓ ਐਮਪੀ ਦੇ ਵਿੱਚ ਇਹ ਹੁੰਦਾ ਜੀ ਮੰਨ ਲਓ ਉਹਨਾਂ ਦੇ ਕੰਸੀ ਦੇ ਵਿੱਚ ਆਉਂਦਾ ਹੈ ਵੀ ਉਹ ਕਮ ਸੇ ਕਮ ਮੰਨ ਲਓ ਵੀ ਇੱਕ ਐਮਪੀ ਉਹਨਾਂ ਨੂੰ ਮੰਨ ਲਓ 5 ਕਰੋੜ ਰੁਪਇਆ ਇੱਕ ਸਾਲ ਦਾ ਮਿਲਦਾ ਯਾਨੀ ਕਿ 5 ਸਾਲ ਦਾ 25 ਕਰੋੜ ਰੁਪਇਆ ਮਿਲਦਾ ਹੈ ਕਮ ਸੇ ਕਮ ਉਹਦੇ ਵਿੱਚੋਂ ਇਹ ਇਸ ਪਰਿਵਾਰ ਦੀ ਹੈਲਪ ਕਰ ਸਕਦੇ ਸੀਗੇ ਜਾਂ ਮੰਨ ਲਓ ਪਾਰਟੀ ਫੰਡ ਵਿੱਚੋਂ ਵੀ ਉਹਨਾਂ ਦੀ ਹੈਲਪ ਕਰ ਸਕਦੇ ਸੀਗੇ ਪਰ ਉਹਨਾਂ ਨੇ ਕੁਝ ਨਹੀਂ ਦਿੱਤਾ ਮੁੱਦਾ ਠਾਉਣ ਨਾਲ ਕਿ ਮੁੱਦਾ ਦਾ ਮੰਨ ਲਓ ਸਾਰੇ ਪਿੰਡ ਨੇ ਉਠਾਇਆ ਹੋਰ ਬਹੁਤ ਆ ਕੇ ਪੱਤਰਕਾਰਾਂ ਵੀਰਾਂ ਨੇ ਮੰਨ ਲਓ ਮਦਦ ਕੀਤੀ ਇਸ ਚੀਜ਼ ਨੂੰ ਉਠਾਇਆ ਪਰ ਸੋਇਲਾ ਲਾਰਿਆਂ ਤੋਂ ਕਿਸੇ ਕੁਝ ਨਹੀਂ ਮਿਲਿਆ ਨਾ ਕੈਪਟਨ ਸਰਕਾਰ ਨੇ ਨਾ ਆਮ ਆਦਮੀ ਪਾਰਟੀ ਨੇ ਕਿਸੇ ਸਰਕਾਰ ਨੇ ਇਹਨਾਂ ਦੀ ਕੋਈ ਨਹੀਂ ਮੰਨ ਲਓ ਬਾਹ ਫੜੀ ਜੀ ਆ ਤੁਹਾਡੇ ਸਾਹਮਣੇ ਜ ਦਾਸਦਾਰ ਚੱਕ ਕੇ ਮੰਨ ਲਓ ਵੀ ਇਹਨਾਂ ਨੇ ਆਹ ਘਰ ਪੂਰਾ ਕੀਤਾ ਉਹਦੇ ਇਰਮਾਨ ਸੀਗੇ ਉਹ ਵੀ ਅਧੂਰੇ ਰਹਿ ਚੁੱਕੇ ਨੇ ਜੀ ਅਸੀਂ ਮੰਗ ਕਰਦੇ ਮੰਨ ਲਓ ਵੀ ਸਰਕਾਰ ਇਹਨਾਂ ਦੀ ਵਾਧਵਾਦ ਮਦਦ ਕੀਤੀ ਜਾਵੇ ਮੰਨ ਲਓ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ 1.50 ਲੱਖ ਰੁਪਏ ਤਾਂ ਚਲੋ ਕਿਸ਼ਤਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਜੋ ਮੰਦਾ ਇਹਨਾਂ ਦਾ ਹੱਕ ਉਹ ਦਿੱਤਾ ਜਾਵੇ ਜੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਜੀ ਜਿਹੜੇ ਮੰਨ ਲਓ ਵੀ ਇਹਨਾਂ ਦੇ ਇਹਨਾਂ ਦਾ ਹੱਕ ਮੰਦਾ ਹੈ ਜਿਵੇਂ ਸਰਕਾਰੀ ਨੌਕਰੀ ਪੈਨਸ਼ਨ ਮੰਨ ਲਓ ਹੋਰ ਵੀ ਜੋ ਇਹਨਾਂ ਦੇ ਹੱਕ ਹੈ ਜੀ ਉਹਨਾਂ ਦਿੱਤਾ ਜਾਵੇ ਕਿਉਂਕਿ ਇਹਨਾਂ ਨੇ ਆਪ ਦਾ ਬੱਚਾ ਭੇਜਿਆ ਹੈ ਨੌਜਵਾਨ ਬੱਚਾ ਮਤਲਬ ਉਹ ਵੀ ਜਿੰਦਾ ਚਲਾ ਜਾਵੇ ਉਸ ਮਾਂ ਪਿਓ ਨੂੰ ਪਤਾ ਹੁੰਦਾ ਹੈ ਵੀ ਕੀ ਹਾਲਤ ਹੁੰਦੀ ਨੇ ਉਹਦੀ ਬਿਲਕੁਲ ਜੀ ਕਾਫੀ ਮਾੜੇ ਹਾਲਾਤਾਂ ਦੇ ਵਿੱਚ ਦੀ ਪਰਿਵਾਰ ਗੁਜ਼ਰ ਰਿਹਾ ਹੈ ਤੇ ਇੱਕ ਸਾਡੇ ਨਾਲ ਹੋਰ ਸਖਸ਼ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਇਸ ਪਰਿਵਾਰ ਨਾਲ ਜੁੜੇ ਹੋਏ ਨੇ ਤੇ ਪਰਿਵਾਰ ਦੀ ਕਈ ਵਾਰ ਕਈ ਕਿਸਮਾਂ ਦੇ ਮੁਤਾਬਕ ਉਹਨਾਂ ਨੇ ਮਦਦ ਵੀ ਕੀਤੀ ਹੈ ਅਜੀ ਕੀ ਨਾ ਜੀ ਆਪਣਾ ਜੀ ਦਰਸ਼ਨ ਸਿੰਘ ਮਲੇਵਾ ਦਰਸ਼ਨ ਜੀ ਕੀ ਕਹੋਗੇ ਪਰਿਵਾਰ ਦੀ ਸਥਿਤੀ ਕੀ ਆ ਪਰਿਵਾਰ ਦੀ ਸਥਿਤੀ ਤੁਹਾਡੇ ਸਾਹਮਣੇ ਹੀ ਹੈ ਵੀ ਜੋ ਇਹਨਾਂ ਦੀ ਕਮਾਈ ਕਰਨ ਵਾਲਾ ਜੋ ਪਰਿਵਾਰ ਨੂੰ ਪਾਲਦਾ ਸੀ ਜਦੋਂ ਉਹ ਘਰ ਚਲੇ ਜਾਵੇ ਤਾਂ ਤੁਸੀਂ ਵੀ ਸਿਆਣਿਓ ਆਮ ਜਨਤਾ ਨੂੰ ਵੀ ਪਤਾ ਹੈ ਵੀ ਉਸ ਘਰ ਦੀ ਦੁਰਦਸ਼ਾ ਕੀ ਹੁੰਦੀ ਹੈ ਅਸੀਂ ਕਾਫੀ ਵਾਰੀ ਆਏ ਆ ਇੱਥੇ ਦੇਖਿਆ ਇਹਨਾਂ ਕੋਲ ਰੋਣ ਤੋਂ ਸਵਾਹ ਹੋਰ ਕੋਈ ਚਾਰਾ ਨਹੀਂ ਕਿਉਂਕਿ ਬੁੱਢੇ ਮਾਪਿਆਂ ਦੀ ਜਿਹੜੀ ਲਾਠੀ ਸੀ ਉਹ ਟੁੱਟ ਗਈ ਹੁਣ ਇਹਨਾਂ ਨੂੰ ਤੋਂ ਰੋਣ ਤੋਂ ਸਵਾਹ ਹੋਰ ਕੁਝ ਨਹੀਂ ਪਰ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਨੇ ਜੋ ਵਾਅਦਾ ਕਰਿਆ ਸੀ ਜੋ ਕਰੋਨਾ ਮਹਾਮਾਰੀ ਦੀ ਵਿੱਚ ਇਹ ਹਜ਼ੂਰ ਸਾਹਿਬ ਯਾਤਰੀਆਂ ਨੂੰ ਲੈਣ ਗਿਆ ਇੱਕ ਸਰਕਾਰ ਦੀ ਡਿਊਟੀ ਤੇ ਗਿਆ ਹੈ ਕਿਸੇ ਪਰਸਨਲ ਕੰਮ ਤੇ ਨਹੀਂ ਗਿਆ ਆਪ ਦੇ ਤੇ ਉਹ ਡਿਊਟੀ ਦੌਰਾਨ ਹੀ ਉਸ ਦੀ ਮੌਤ ਹੋਈ ਹੈ ਤਾਂ ਹੁਣ ਗਵਰਨਮੈਂਟ ਦਾ ਹੱਕ ਬਣਦਾ ਹੈ ਪੀ ਆਰਟੀਸੀ ਦਾ ਹੱਕ ਬਣਦਾ ਹੈ ਕਿ ਉਹਨਾਂ ਨੂੰ ਜੋ ਦਾ ਬੰਦਾ ਮੁਆਵਜ਼ਾ ਜੋ ਕਰੋਨਾ ਮਹਾਂਮਾਰੀ ਵਾਸਤੇ ਸਭ ਨੂੰ ਦਿੱਤਾ ਉਹ ਇਹਨਾਂ ਨੂੰ ਵੀ ਦਿੱਤਾ ਜਾਵੇ ਕਿਹੜਾ ਸਰਟੀਫਿਕੇਟ ਵੀ ਹਾਲ ਤੱਕ ਦਿੱਤਾ ਹਾਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਜੇ ਤੱਕ ਇਹਨਾਂ ਨੂੰ ਡੈਥ ਸਰਟੀਫਿਕੇਟ ਨਹੀਂ ਮਿਲਿਆ ਇਹ ਇਹ ਸਾਡੀ ਪੰਜਾਬ ਸਰਕਾਰ ਦੀ ਕਿੰਨੀ ਨਕੰਮੇ ਵਾਲੀ ਗੱਲ ਹੈ ਕਿ ਉਹਨਾਂ ਨੂੰ ਡੈਥ ਸਰਟੀਫਿਕੇਟ ਹਜੇ ਤੱਕ ਇਸ਼ੂ ਨਹੀਂ ਹੋਇਆ ਤਾਂ ਕਰਕੇ ਕੁਝ ਵੀ ਨਹੀਂ ਕਰ ਸਕਦੇ ਹਜੇ ਤੱਕ ਕਿੰਨੇ ਮੁਆਵਜ਼ੇ ਦੀ ਜਿਹੜੀ ਗੱਲ ਕੀਤੀ ਗਈ ਸੀ ਜਿਵੇਂ ਦੂਸਰਿਆਂ ਨੂੰ 50 ਲੱਖ ਰੁਪਏ ਕਿਹਾ ਇਹਨਾਂ ਨੂੰ ਵੀ 50 ਲੱਖ ਰੁਪਏ ਦੀ ਮਿਲਣੀ ਚਾਹੀਦੀ ਹਾਂਜੀ ਤੇ ਇਸ ਕੈਪਟਨ ਸਰਕਾਰ ਕਿਉਂ ਅੱਜ ਕਿਉਂ ਹੋ ਰਿਹਾ ਕਿ ਅਣਦੇਖਾ ਕੀਤਾ ਜਾ ਰਿਹਾ ਇੱਕ ਜਨਤਕ ਜਨਤਕ ਗੱਲ ਕਹਿ ਕੇ ਇੱਕ ਵਾਅਦਾ ਕਰਕੇ ਤਾਂ ਫਿਰ ਮੁੜ ਕੇ ਸਾਹਮਣਾ ਲੈਣੇ ਤਾਂ ਕੀ ਕੰਮ ਇਹ ਨਾਕਾਮੀ ਆ ਜੀ ਸ਼ਹਿਰਾਂ ਦੀ ਸਰਕਾਰ ਜਿਹੜੀ ਆ ਸੁੱਤੀ ਪਈ ਆ ਐਡਾ ਵੱਡੇ ਜਿਹੜਾ ਕਹਿਰ ਆਇਆ ਸੀ ਆਪਣੇ ਉਹਦੇ 'ਚ ਕਿੰਨੇ ਨੁਕਸਾਨ ਹੋਏ ਇਹ ਬੱਚਾ ਘਰੋਂ ਚਲਾ ਗਿਆ ਇਹਨਾਂ ਨੂੰ ਪਤਾ ਦੁੱਖ ਦਰਦ ਕਿੰਨਾ ਹੈ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਇਹਨਾਂ ਦੀ ਸਾਰ ਲੈਣੀ ਚਾਹੀਦੀ ਹੈ ਤੇ ਇਹਨਾਂ ਦਾ ਜੋ ਬਣਦਾ ਮੁਆਵਜ਼ਾ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਬਾਰੇ ਧਿਆਨ ਨਾਲ ਵਿਚਾਰ ਕਰਕੇ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਦੇ ਹਾਲਾਤ ਵੀ ਮਾੜੇ ਹਾਲਾਤ ਵੀ ਮਾੜੇ ਬਿਲਕੁਲ ਜੀ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਜੋਰਾਂ ਸ਼ੋਰਾਂ ਨਾਲ ਇਸ ਮੁੱਦੇ ਨੂੰ ਇਸ ਬੜਵਰਪਿੰਡ ਬਰਨਾਲਾ ਦੇ ਬੜਵਰਪਿੰਡ ਦੇ ਇਸ ਪੀਆਰਟੀਸੀ ਡਰਾਈਵਰ ਦੀ ਆਵਾਜ਼ ਜਿਹੜੀ ਹੈਗੀ ਆ ਉਠਾਈ ਗਈ ਸੀ ਕਿ ਜੇਕਰ ਪੁਲਿਸ ਮਲਾਜਮਾਂ ਨੂੰ ਕਰੋਨਾ ਮਹਾਮਾਰੀ ਦੇ ਚੱਲਦਿਆਂ ਮੁਆਵਜ਼ਾ ਮਿਲ ਸਕਦਾ ਤਾਂ ਫਿਰ ਇੱਕ ਪੀਆਰਟੀਸੀ ਡਰਾਈਵਰ ਨੇ ਜਿਨ੍ਹਾਂ ਨੇ ਸਰਕਾਰ ਦੇ ਹੁਕਮ ਬਜਾਏ ਨੇ ਤੇ ਸਰਕਾਰ ਦੇ ਹੁਕਮ ਮੁਤਾਬਕ ਹਜ਼ੂਰ ਸਾਹਿਬ ਇਸ ਡਿਊਟੀ ਦੌਰਾਨ ਗਏ ਤੇ ਜਿੱਥੇ ਉਹਨਾਂ ਦੀ ਮੌਤ ਹੋ ਜਾਂਦੀ ਤਾਂ ਉਸ ਨੂੰ ਕਿਉਂ ਨਹੀਂ ਮੁਆਵਜ਼ਾ ਦੇਣਾ ਚਾਹੀਦਾ ਇਸ ਤੋਂ ਬਾਅਦ ਕੈਪਟਨ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਇਸ ਪਰਿਵਾਰ ਦੀ ਬਾਹ ਕੈਪਟਨ ਸਰਕਾਰ ਫੜੇਗੀ ਉਸ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਪਰ ਦੱਸ ਦਈਏ ਕਿ ਉਹ ਮੁਆਵਜ਼ੇ ਦੀ ਗਲਤ ਆ ਦੂਰ ਕੋਈ ਸਰਕਾਰੀ ਨੁਮਾਇੰਦਾ ਇਸ ਪਰਿਵਾਰ ਦੀ ਸਾਰ ਲੈਂਡ ਤੱਕ ਵੀ ਨਹੀਂ ਪਹੁੰਚਿਆ ਤਸਵੀਰਾਂ ਇੱਕ ਵਾਰ ਫੇਰ ਕਰਦੀਆਂ ਦਿਖਾਵਾਂਗੇ ਜੋ ਘਰ ਦੇ ਹਾਲਾਤ ਦੇ ਅੰਦਰ ਜਾ ਕੇ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਕ ਛੋਟੇ ਜਿਹੇ ਕਮਰੇ ਵਿੱਚ ਜਿਹਨੂੰ ਕਿ ਪਸ਼ੂਆਂ ਦਾ ਵਾੜਾ ਸੀ ਮੱਝਾਂ ਰੱਖੀਆਂ ਹੋਈਆਂ ਸਨ ਤੇ ਇੱਥੇ ਪੂਰਾ ਪਰਿਵਾਰ ਇਸ ਜ਼ਿੰਦਗੀ ਦਾ ਗੁਜ਼ਰਬਸਰ ਕਰ ਰਿਹਾ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਬਾਲੇ ਟੁੱਟਣ ਵਾਲੇ ਨੇ ਛੱਤ ਦੇ ਛੱਤ ਕਮਜ਼ੋਰ ਆ ਕਿਸੇ ਵੀ ਸਮੇਂ ਕੋਈ ਹਾਦਸਾ ਹੋ ਸਕਦਾ ਪੀਆਰਟੀਜ਼ ਦਾ ਮ੍ਰਿਤਕ ਜੇ ਡਰਾਈਵਰ ਦੀ ਗੱਲ ਕਰੀਏ ਤਾਂ ਉਸ ਨੇ ਕਈ ਆਸਾਂ ਸਨ ਆਸਾਂ ਅਜਹੀਆਂ ਕਿ ਆਪਣੀ ਜਿਹੜੀ ਹੈਗੀ ਆ ਵਿਅਲ ਜੀਵਨ ਦੀ ਸ਼ੁਰੂਆਤ ਵੀ ਨਹੀਂ ਕੀਤੀ ਸੀ ਕਿ ਉਹਨਾਂ ਦੇ ਮਾਪੇ ਇੱਕ ਚੰਗੇ ਘਰ ਦੇ ਵਿੱਚ ਇੱਕ ਚੰਗੇ ਮਕਾਨ ਦੇ ਵਿੱਚ ਆਪਣੀ ਜ਼ਿੰਦਗੀ ਬਿਤਾਉਣ ਸ਼ੁਰੂਆਤ ਕੀਤੀ ਗਈ ਸੀ ਇੱਕ ਚੰਗੇ ਮਕਾਨ ਦੀ ਪਾਉਣ ਦੀ ਇਹ ਬਿਲਡਿੰਗ ਉਸ ਦਿਨ ਤੋਂ ਹੀ ਉਸੇ ਤਰ੍ਹਾਂ ਖੜੀ ਆ ਜਿਸ ਦਿਨ ਇਹ ਸ਼ੁਰੂ ਕੀਤੀ ਸੀ ਤੇ ਇਸ ਡਰਾਈਵਰ ਦੀ ਮੌਤ ਹੋ ਗਈ ਹੈ ਹਾਲਾਂਕਿ ਪਰਿਵਾਰ ਨੇ ਕਰਜ਼ਾ ਚੁੱਕਿਆ ਲੋਕਾਂ ਤੋਂ ਉਧਾਰ ਪੈਸੇ ਫੜੇ ਜਿਸ ਤੋਂ ਬਾਅਦ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਕਿ ਉਹਨਾਂ ਦਾ ਜਿਹੜਾ ਬੇਟਾ ਹੈ ਮ੍ਰਿਤਕ ਬੇਟਾ ਉਹ ਇਸ ਕਰਜ਼ੇ ਨੂੰ ਉਤਾਰ ਦੇਗਾ ਪਰ ਹੁਣ ਫਿਕਰ ਇੱਕ ਤਾਂ ਨੌਜਵਾਨ ਬੇਟਾ ਇਸ ਦੁਨੀਆ ਤੋਂ ਇਸ ਪਰਿਵਾਰ ਤੋਂ ਵੱਖ ਹੋ ਗਿਆ ਹਮੇਸ਼ਾ ਦੇ ਲਈ ਜੋ ਕਦੇ ਵੀ ਪੂਰਾ ਹੋਣ ਵਾਲਾ ਜਿਹੜਾ ਕਟਾ ਦੂਸਰਾ ਇਹ ਆ ਕਿ ਇਹਨਾਂ ਦੇ ਜਿਹੜੀ ਦੇਣਦਾਰੀ ਆ ਉਹ ਵੀ ਲਟਕ ਰਹੀ ਆ ਪਰਿਵਾਰ ਕਿਸ ਤਰ੍ਹਾਂ ਇਸ ਨੂੰ ਦੂਰ ਕਰੇਗਾ ਤੇ ਸਰਕਾਰ ਦੇ ਨੁਮੰਦਿਆਂ ਦੀ ਜਿਹੜੀ ਹੈਗੀ ਆ ਇੱਥੇ ਨਜ਼ਰਾਂ ਗੜਾ ਕੇ ਇੰਤਜ਼ਾਰ ਕੀਤਾ ਜਾ ਰਿਹਾ ਕਿ ਸ਼ਾਇਦ ਅੱਜ ਵੀ ਕੋਈ ਆਏਗਾ ਤੇ ਅੱਜ ਵੀ ਕੋਈ ਉਸਦੇ ਬੇਟੇ ਨੂੰ ਜੋ ਬਣਦਾ ਮੁਆਵਜ਼ਾ ਉਹ ਦੇਣ ਦੀ ਗੱਲ ਕਹੇਗਾ ਜਾਂ ਫਿਰ ਦੇ ਕੇ ਜਾਏਗਾ ਉਮੀਦ ਹੈ ਕਿ ਜਲਦ ਕੈਪਟਨ ਸਰਕਾਰ ਇਸ ਪਰਿਵਾਰ ਦੀ ਬਾਹ ਫੜੇਗਾ ਤੇ ਜੋ ਵਾਦਾ ਕੈਪਟਨ ਸਰਕਾਰ ਨੇ ਇਸ ਪਰਿਵਾਰ ਦੇ ਇਸ ਮ੍ਰਿਤਕ ਅ ਬੇਟੇ ਦੇ ਲਈ ਕੀਤਾ ਸੀ ਉਸ ਨੂੰ ਜਲਦ ਪੂਰਾ ਕਰੇਗਾ ਤਾਂ ਜੋ ਇਹ ਪਰਿਵਾਰ ਆਪਣੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਆ ਔਰ ਨਵੇਂ ਜਿਹੜੇ ਹੈਗਾ ਦੌਰ ਤੋਂ ਨਵੇਂ ਤੌਰ ਤੇ ਸ਼ੁਰੂ ਕਰ ਸਕੇ ਬਰਨਾਲਾ ਤੋਂ ਕੈਮਮੈਨ ਗੁਰਪ੍ਰੀਤ ਦੇ ਨਾਲ ਸੁੱਖਾ ਖੇੜੀ ਵਾਲਾ ਸਤਿ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਬਟ ਆਇਲਸ ਵਿੱਚ ਓਵਰ ਆਲ ਦਾ 6 ਆ ਗਈ ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹਾਂ ਜੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ ਤੇ ਅੱਜ ਹੀ ਪੈਰਾਮੀਡੀ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ